ਅਸਲਾਮ ਅਲੈਕੁਮ ਸਾਰੇ ਦੋਸਤਾਂ ਨੂੰ, ਮੈਂ ਨਸਰ ਢਿੱਲੋਂ, ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ 'ਤੇ। ਅੱਜ ਦਾ ਵਲੋਗ, ਸਾਡੇ ਦੋਸਤ ਆਏ ਨੇ ਟਾਲੀਵਾਲ ਸਾਹਿਬ ਹੋਲੈਂਡ ਤੋਂ, ਉਹਨਾਂ ਦਾ ਪਿੰਡ ਆ ਲੈਲਪੁਰ 51 ਜੀ ਬਿਸ ਜਾਤਾਂ, ਬਿਲਕੁਲ ਮੇਰੇ ਪਿੰਡ ਦੇ ਨਾਲ ਦਾ ਪਿੰਡ, ਅਤੇ ਉਹ ਆ ਚੁੱਕੇ ਨੇ। ਮੈਨੂੰ ਫੋਨ ਆਇਆ ਸੀ ਮੇਰੇ ਦੋਸਤ ਵਾਲਾ ਸਾਹਿਬ ਦਾ, ਕਿਉਂਕਿ ਉਹਨਾਂ ਦਾ ਪਿੰਡ ਹੈ, ਮੈਂ ਉਹਨਾਂ ਨੂੰ ਆਪਸ 'ਚ ਕਨੈਕਟ ਕਰਾਇਆ ਸੀ, ਅਤੇ ਉਹ ਪਿੰਡ ਪਹੁੰਚ ਚੁੱਕੇ ਅਤੇ ਮੈਂ ਹੁਣ ਜਾ ਰਿਹਾ, ਅਤੇ ਹੈ ਉਹ ਤਾਂ ਮੈਂ ਲੇਟ ਗਿਆ, ਕਿ ਲੇਟ ਇਸ ਤੋਂ ਗਿਆ, ਉਹ ਪਿੰਡ ਪਹੁੰਚ ਗਿਆ ਅਤੇ ਮੈਨੂੰ ਬਾਅਦ 'ਚ ਫੋਨ ਆਇਆ, ਅਤੇ ਹੁਣ ਉਹਨਾਂ ਨੂੰ ਜਾ ਰਿਹਾ। ਚਲੋ ਰਿਕਾਰਡਿੰਗ ਕਰਕੇ ਅੱਜ ਦਾ ਵਲੋਗ ਤੁਹਾਡੇ ਰੂਬਰੂ ਕਰਾਂਗੇ, ਅਤੇ ਹੋਪਫੁਲੀ ਤੁਹਾਨੂੰ ਵਧੀਆ ਲੱਗੇ। ਵਧੀਆ ਲੱਗੇ ਅਤੇ ਸ਼ੇਅਰ ਇੱਕ ਵਾਰੀ ਜ਼ਰੂਰ ਕਰ ਦੇਣਾ। ਚੱਲਦੇ ਆਪਾਂ ਫਿਰ ਪਿੰਡ ਸਜਾਤਾ। ਨਾਂ ਕੀ ਭਾਈ ਸਾਹਿਬ ਤੁਹਾਡਾ? ਮੇਰਾ ਜਗਤਾਰ ਸਿੰਘ। ਧੰਨਵਾਦ। ਅਤੇ ਭੈਣ ਜੀ? ਸਤਪਾਲ ਕੌਰ। ਸਤਪਾਲ ਕੌਰ, ਇਹ ਸਜਾਤਾ ਪਿੰਡ ਤੁਹਾਡਾ ਕਿ ਇਹਨਾਂ ਦਾ? ਸਾਡਾ ਸੀ ਇਹਨਾਂ ਦਾ। ਅੱਛਾ ਅੱਛਾ ਅੱਛਾ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ। ਹਾਂ ਠੀਕ ਹੈ। ਇਹ ਤਈਬ ਨਾਲ ਰਾਬਤਾ ਸੀ ਵਾਲਾ ਸਾਹਿਬ ਨਾਲ? ਹਾਂਜੀ, ਤਈਬ ਵਾਲਾ ਸਾਹਿਬ ਨਾਲ ਰਾਬਤਾ ਸੀ ਨਾ? ਇਹਨਾਂ ਦੇ ਜੀ ਵਕੀਲ ਸਾਹਿਬ ਸਾਦਿਕ ਸਾਹਿਬ ਸੀਗੇ, ਉਹ ਦੱਸਦੇ ਹੁੰਦੇ ਸਾਡੇ ਬਜ਼ੁਰਗ ਕੇ ਪਹਿਲਾਂ ਕਰਦੇ ਸੀ ਨਾ, ਸਾਡੇ ਘਰ ਦੇ ਸਾਹਮਣੇ ਘਰ ਹੁੰਦਾ ਸੀਗਾ। ਤਾਂ ਕੀ ਨਾ ਤੁਹਾਡੇ ਬਜ਼ੁਰਗਾਂ ਦਾ? ਬਾਬਾ ਸਾਦਿਕ ਅਲੀ ਸੀ, ਬਾਬਾ ਸਾਦਿਕ, ਬਾਬਾ ਚਿਰਾਗ। ਹਾਂ ਜੀ, ਚਿਰਾਗ ਉਹਨਾਂ ਦਾ, ਬਾਬਾ ਸਾਦਿਕ ਦਾ ਬਾਪ ਸੀ ਬਾਬਾ ਨਬੀ ਬਖਸ਼। ਹਾਂ, ਚਿਰਾਗ ਤੇ ਸਰਦਾਰ ਅਲੀ ਸੀ ਜਿਹੜੇ ਮੇਰੇ ਬਾਪ ਦੇ ਜਮਾਤੀ ਸੀਗੇ, ਤੇ ਇਹਨਾਂ ਦੇ ਛੋਟੇ ਭਰਾ, ਉਹਨਾਂ ਦੇ ਉਹਨਾਂ ਨੂੰ ਪਿੱਛੇ ਜਿਹੇ ਗੱਲ ਹੋਈ ਆ 5-6 ਮਹੀਨੇ ਪਹਿਲਾਂ, ਵੀਡੀਓ ਤੇ ਇਹਨਾਂ ਨੇ ਵਕੀਲ ਸਾਹਿਬ ਨੇ ਕਰਵਾਈ ਸੀਗੀ, ਤੇ ਹੁਣ ਉਹ ਦੋਨੇ ਫੌਤ ਹੋ ਗਏ। ਮੇਰੇ ਫਾਦਰ 17 ਸਤੰਬਰ ਨੂੰ ਹੋ ਗਏ, ਤੇ ਇਹ ਦੱਸਦੇ ਉਹ ਉਦੋਂ ਕੁਛ ਪਹਿਲਾਂ ਹੋ ਗਏ, ਲਾਗੇ ਲਾਗੇ ਫੌਤ ਹੋ ਗਏ। ਹਾਂਜੀ, ਜੂਨ ਦੀ 17 ਤਰੀਕ। ਤੇ ਬੜੀ ਤਮੰਨਾ ਸੀ ਕਿ ਮੈਂ ਜਿੰਦੇ ਜੀ ਆਪਣੇ ਫਾਦਰ ਸਾਹਿਬ ਨੂੰ ਜਾਊਂਗਾ, ਦਿਖਾਊਂਗਾ ਉਹਨਾਂ ਦਾ ਪਿੰਡ ਦਿਖਾਊਂਗਾ, ਤੇ ਬਸ ਉੱਪਰ ਵਾਲੇ ਨੂੰ ਹੀ ਮਨਜ਼ੂਰ ਸੀ। ਹਾਂਜੀ ਹਾਂਜੀ, ਚਲੋ ਜੀ, ਅੱਗੋਂ ਤੁਸੀਂ ਵੇਖ ਲਿਆ ਵੀਡੀਓ ਦੇ ਰਾਹੀਂ, ਬਾਕੀ ਜੀ ਵੇਖ ਲੈਣਗੇ। ਹਾਂ, ਇਹ ਅੱਗੋਂ ਫਿਰ ਉਹਨਾਂ ਦੇ ਲੱਭ ਗਏ ਜਾਂਦਾ, ਤੁਸੀਂ ਉਹਨਾਂ ਦੇ ਕੀ ਲੱਗਦੇ ਸਾਧ ਸਾਹਿਬ ਦੇ? ਉਹ ਮੈਂ ਦਾਦਾ ਸੀ ਜੀ। ਅੱਛਾ, ਦਾਦੇ ਸੀ ਤੁਹਾਡੇ? ਚਿਰਾਗ ਜਿਹੜਾ ਸੀ ਮੇਰਾ। ਹਾਂ, ਇਹ ਬਿਲਕੁਲ ਮੇਰਾ ਪਿੰਡ ਦੇ ਨਾਲ ਹੀ ਅੱਗੇ 6-5 ਵਾਰ, ਮੈਂ ਉਮਰ ਹੀ ਨੰਬਰ ਦਾ ਪੋਤਰਾ। ਤੇ ਇਹ ਨਾਲ ਦਾ ਪਿੰਡ ਸਾਡਾ ਬਿਲਕੁਲ। ਹਾਂਜੀ, ਬਜ਼ੁਰਗ ਦੱਸਦੇ ਨੇ ਜ਼ਮੀਨ ਸੀ ਸਾਡੀ ਜਿਹੜੀ 5 ਵਾਰਡ ਦੇ ਨਾਲ ਲੱਗਦੀ ਸੀਗੀ, ਤੇ ਬਹੁਤ ਪਿਆਰ ਸੀਗਾ ਉਸ ਵਿੱਚ, ਪਤਾ ਨਹੀਂ। ਠੀਕ ਹੈ, ਚਲੋ ਹੁਣ ਪਿੰਡ ਵੇਖ ਲਿਆ, ਕੋਈ ਲੱਭੀ ਨਿਸ਼ਾਨੀ ਨਿਸ਼ੂਨੀ? ਹਾਂਜੀ, ਉੱਧਰ ਹੈ ਇੱਕ ਪੁਰਾਣੀ ਦਲਾਨ ਹੈਗੀ, ਉਹ ਪਰ ਇਹ ਨਹੀਂ ਪਤਾ ਲੱਗ ਸਕਿਆ ਵੀ ਉਹ ਕਿਹਦੀ ਸੀ। ਦੇਖ, ਘਰ ਸਾਡੇ ਇੱਥੋਂ ਸ਼ੁਰੂ ਹੋ ਜਾਂਦੇ ਸੀ, 6-7 ਘਰ ਹੁੰਦੇ ਸੀ ਸਾਡੇ, ਉਹ ਸਾਰੇ ਦੱਸਦੇ ਵੀ ਵਿੱਚ ਦੀ ਤੁਰ ਕੇ ਇੱਕ ਦੂਜੇ ਘਰ 'ਚ ਚਲੇ ਜਾਂਦੇ। ਸਾਡਾ ਕੋਲ ਧਾਲੀਵਾਲ ਸੀ, ਜ਼ਿਆਦਾ ਉਦੋਂ ਇੱਥੇ ਗਰੇਵਾਲ ਹੁੰਦੇ ਸੀਗੇ ਸਜਾਦਾਂ ਦੇ ਵਿੱਚ, ਬਹੁਤੇ ਉੱਧਰ ਵੀ ਸਜਾਦ ਪਿੰਡਾਂ ਨੇ, ਜਿਹੜਾ ਉਹ 'ਚ ਜ਼ਿਆਦਾ ਗਰੇਵਾਲ ਹੀ ਨੇ, ਅਤੇ ਸਾਡੇ ਬਜ਼ੁਰਗ ਕਿਤੋਂ ਹੋਰ ਆ ਕੇ ਸਜਾਦਾਂ 'ਚ ਰਹੇ ਸੀ, ਸਾਡਾ ਕੋਲ ਧਾਲੀਵਾਲ ਸੀਗਾ। ਹੋ ਗਿਆ, 52 ਪਿੰਡ ਪੈਂਦੇ ਨਾ ਗਰੇਵਾਲਾਂ ਦੇ, ਮਨਸੂਰਾਂ ਤੋੜ ਤੱਕ ਹੋ ਗਏ, ਭੈਂਸੇ ਠੀਕਰੀ ਵਾਲੇ ਤੱਕ, ਇਹ ਗਰੇਵਾਲ ਨੇ ਜੀ, ਇਹਨਾਂ ਦਾ ਪਿੰਡ ਬਦੋਵਾਲ ਸੀਗਾ। ਅੱਛਾ, ਇਹਨਾਂ ਦਾ ਬਦੋਵਾਲ। ਠੀਕ ਹੈ ਠੀਕ, ਚੰਗਾ ਲੱਗਾ ਫਿਰ ਪਿੰਡ ਫਿਰ ਕੇ? ਹਾਂਜੀ, ਬਹੁਤ ਵਧੀਆ ਲੱਗਿਆ, ਆਪਣਾ ਆਪਣਾ ਲੱਗਿਆ ਸਾਰਾ ਕੁਛ, ਸੱਚ ਪੁੱਛੋ ਤਾਂ ਪੂਰਾ ਪੰਜਾਬ ਵੀ ਆਪਣਾ ਆਪਣਾ ਲੱਗ ਗਿਆ ਸਾਰਾ। ਇਹਨਾਂ ਨਾਲ ਫਿਰ ਬਜ਼ੁਰਗਾਂ ਦੀਆਂ ਗੱਲਾਂ ਬਾਤਾਂ ਸ਼ੇਅਰ ਕੀਤੀਆਂ? ਹਾਂਜੀ, ਇਹਨਾਂ ਨੂੰ ਜਿੰਨਾ ਕੁ ਪਤਾ ਸੀ ਇਹਨਾਂ ਨੇ ਸਾਨੂੰ ਦੱਸਿਆ ਬਹੁਤ। ਤੁਹਾਡੇ ਬਜ਼ੁਰਗਾਂ ਦੱਸੇ ਇਹਨਾਂ ਦੇ ਬਜ਼ੁਰਗਾਂ ਦਾ? ਹਾਂਜੀ, ਗੱਲਾਂ ਕਰਦੇ ਸੀ, ਅਸੀਂ ਤਾਂ ਆਪਣੇ ਪੜਦਾਦਿਆਂ ਦੀ ਜ਼ਿੰਦਗੀ ਰੱਜ ਕੇ ਦੇਖੀ, ਪੜਦਾਦਿਆਂ ਦੀ, ਦਾਦਿਆਂ ਦੀ, ਪੜਦਾਦਿਆਂ ਦੀ। ਕੀ ਨਾਂ ਸੀ ਇਹਨਾਂ ਦੇ ਬਜ਼ੁਰਗਾਂ ਦਾ? ਨਹੀਂ, ਉਹ ਉਹਨਾਂ ਨੂੰ ਅਸੀਂ ਨਹੀਂ ਜਾਣਦੇ, ਦੇਖੀ ਜੇ ਦੇਖੇ ਨਹੀਂ ਹੈਗੇ, ਉਹ ਗੱਲਾਂ ਕਰਦੇ। ਤੁਸੀਂ ਜਾਣਦੇ ਇਹਨਾਂ ਦੀਆਂ? ਹਾਂਜੀ, ਇਹਨਾਂ ਦੇ ਦਾਦਾ ਸੀਗੇ ਸ਼ਾਇਦ, ਉਹਨਾਂ ਦਾ ਸਾਦਿਕ ਅਲੀ ਸੀਗਾ, ਤੇ ਉਹਨਾਂ ਦੇ ਬੇਟੇ ਸੀ ਅੱਗੇ ਜਿਹੜੇ ਸਰਦਾਰ ਅਲੀ ਤੇ ਚਿਰਾਗ ਅਲੀ, ਉਹ ਮੇਰੇ ਨਹੀਂ, ਇਹ ਦੋਨੋਂ ਮੇਰੇ ਬਾਪ ਦੇ ਜਮਾਤੀ ਸੀਗੇ, ਤੇ ਮੇਰੇ ਬਾਪ ਦੀ ਉਮਰ ਸੀਗੀ ਕੋਈ 10-11 ਸਾਲ ਦੀ ਜਦ ਇੱਥੋਂ ਗਏ ਨੇ, ਇਸੇ ਸਕੂਲ 'ਚ ਇੱਥੇ ਪੜ੍ਹੇ ਨੇ, ਦੱਸ ਦਿੰਦੇ ਸਕੂਲ ਦੇ ਸਾਹਮਣੇ ਛੱਪੜ ਹੁੰਦਾ ਸੀ, ਹਾਂ, ਤੇ ਬਾਗ ਹੁੰਦਾ ਸੀਗਾ, ਕੋਈ ਬਾਹਰ ਨੂੰ ਨਿਕਲਦੇ ਕਿਹੜੇ ਰਸਤੇ, ਇੱਧਰ ਪਿੰਡ ਦੇ। ਠੀਕ ਹੈ, ਬਸ ਉਹੀ ਸਾਰਾ ਕੁਛ ਖਿੱਚ ਲਿਆ ਇੱਥੇ। ਅੱਛਾ, ਚਲੋ ਫਿਰ ਬਾਗ ਬੂਗ ਵੇਖ ਲਿਆ, ਉੱਧਰ ਗਏ ਸਕੂਲ ਵੱਲ ਕਿ ਨਹੀਂ ਹਲੇ? ਨਹੀਂ, ਹੁਣ ਫਿਰ ਦੂਸਰੇ ਚੱਕਰ 'ਚ ਆਵਾਂਗੇ। ਹਾਂ, ਨਹੀਂ ਆ ਵੇਖੋ, ਨਹੀਂ ਕੋਈ ਲੱਗ ਗਈ ਕਿਹੜਾ ਦੂਰ। ਚਲੋ ਆਓ, ਚਲੋ ਬਾਬੇ ਨਾ ਜੋ ਗਿਆ ਬਾਗ ਦੀ ਗੱਲ ਕਰਦੇ, ਉਹ ਮਰ ਗਿਆ ਹੁਣ ਤੇ 12 ਨੂੰ ਗੱਲ ਵੀ ਕਰ ਰਹੇ ਆ ਨਾ, ਬਾਗ ਵੀ ਹੁੰਦਾ ਸੀ ਇੱਥੇ ਸਕੂਲੋਂ ਨੇ ਜਿੱਥੇ ਚੱਕਰ ਤੋਂ ਚੱਕਰ ਜਾਣਾ ਬਾਗ 'ਚ। ਹਾਂਜੀ ਹਾਂਜੀ, ਆਹ ਮੁੰਡਿਆਂ ਵਾਲਾ ਸਕੂਲ ਹੁੰਦਾ ਸੀ, ਉਹਦੇ ਨਜ਼ਦੀਕ ਸਕੂਲ ਹੁਣ ਲੱਗਦੇ ਆ, ਵੇਖ ਹੀ ਲਓ ਮੈਂ
ਆ ਤਾਂ ਹੈਗਾ ਸਕੂਲ ਪਿੱਛੇ ਰਹਿ ਗਏ ਤੁਹਾਡੇ ਨਾਲ ਦੇ ਇੱਕ ਸਕੂਲ ਆ ਉਹ ਜਿੱਧਰ ਸਾਡਾ ਪਿੰਡ ਆ ਉਸ ਸਾਈਡ ਤੇ ਅੱਛਾ ਇਹ ਕੇ ਪੁਰਾਣਾ ਹੈ ਵਾ ਹੁਣ ਉਧਰ ਬਣਿਆ ਨਾ ਉਹ ਸਕੂਲ ਉਹ ਬੱਚਿਆਂ ਦਾ ਸਕੂਲ ਆ ਇਹ ਮੁੰਡਿਆਂ ਦਾ ਇਹ ਮੁੰਡਿਆਂ ਵਾਲਾ ਵਾ ਆਪਣਾ ਪੂਰਾ ਨਾਮ ਦੱਸ ਦਿਓ ਮੇਰਾ ਜਗਤਾਰ ਸਿੰਘ ਆ ਜੀ ਧਾਰੀਵਾਲ ਧਾਰੀਵਾਲ ਤੇ ਪਿੰਡ ਸਾਡਾ ਹੈਗਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਮਾਨਗੜ੍ਹ ਆਸੇ ਪਾਸੇ ਪਿੰਡ ਪੈਂਦੇ ਨੇ ਹੀਰਾ ਭਾਰਤਪੁਰ ਪਹਾੜਾ ਜ਼ਿਲ੍ਹਾ ਲੁਧਿਆਣਾ ਹੈਗਾ ਸਾਡਾ ਰਹਿੰਦੇ ਤੁਸੀਂ ਇੰਡੀਆ ਕਿ ਉੱਧਰ ਇੰਡੀਆ ਵੈਸੇ ਤਾਂ ਹੋਲੈਂਡ ਰਹਿੰਦੇ ਜੀ ਅਤੇ ਇੰਡੀਆ 'ਚ ਵੀ ਕਾਫੀ ਹੋ ਗਿਆ ਅੱਛਾ ਹੁਣ ਉੱਧਰ ਹੀ ਆਏ ਹੋਲੈਂਡ ਹਾਂ ਵੀਜ਼ਾ ਹੋਲੈਂਡ ਤੋਂ ਲੈ ਕੇ ਆਏ ਸੀਗੇ ਆਏ ਇੰਡੀਆ ਹੋ ਕੇ ਇੰਡੀਆ ਠੀਕ ਠੀਕ ਸਾਰੀ ਫੈਮਿਲੀ ਉੱਥੇ ਹਾਂਜੀ ਬੇਟੀ ਮੇਰੀ ਉੱਥੇ ਡਾਕਟਰ ਆ ਅਤੇ ਬੇਟੀ ਉਹਨੇ ਦੋ ਗੋਡੇ ਬਾਹਰ ਸੈੱਟ ਲੈ ਗਈਆਂ ਨੇ ਅਤੇ ਅਸੀਂ ਵੀ ਲੇਕਿਨ ਜ਼ਿਆਦਾ ਆਉਣ ਜਾਣ ਇੱਥੇ ਲੱਗਿਆ ਰਹਿੰਦਾ ਹੁਣ ਆਉਣ ਜਾਣ ਹੁੰਦਾ ਹਾਂਜੀ ਹੁਣ ਰਿਟਾਇਰਮੈਂਟ ਹੈ ਫਿਰ ਤੁਹਾਡਾ ਰਿਟਾਇਰਮੈਂਟ ਅੱਛਾ ਅੱਛਾ ਚਲੋ ਜੀ ਸਕੂਲ ਆ ਗਿਆ ਅੱਛਾ ਜੀ ਕਿਹੜਾ ਛੱਪੜ ਹੈ ਮੁੰਡਿਆਂ ਦਾ ਸਕੂਲ ਹੈ ਦੱਸਦੇ ਹੁੰਦੇ ਸੀ ਇੱਥੇ ਪੜ੍ਹਦੇ ਹੁੰਦੇ ਸਾਹਮਣੇ ਛੱਪੜ ਹੁੰਦਾ ਸੀ ਛੱਪੜ ਚ ਅਸੀਂ ਫੱਟੀਆਂ ਧੋ ਦਿੰਦੇ ਕਈ ਵਾਰ ਸੁੱਟਦੇ ਹੁੰਦੇ ਸੀਗੇ ਆਵੇਂ ਸਾਹਮਣੇ ਆ ਛੱਪੜ ਕੰਧਾਂ ਬਣ ਗਈਆਂ ਛੱਪੜ ਚ ਕੀ ਹਾਲ ਅਸਾਮ ਜਾਣਾ ਸਕੂਲ ਤੇ ਵੇਖ ਲਓ ਨਹੀਂ ਕੋਈ ਨਹੀਂ ਹੁਣ ਤਾਂ ਹਾਂ ਇਜਾਜ਼ਤ ਲੈ ਕੇ ਅੰਦਰੋਂ ਵੇਖ ਲਓ ਚਲੋ ਜੀ ਮੈਂ ਹੁਣ ਫਰਵਰੀ 'ਚ ਜਾਣਾ ਜੀ ਫਰਵਰੀ 'ਚ ਉੱਥੇ ਇੱਕ ਟੂਰਨਾਮੈਂਟ ਸਾਡੇ ਦੋਸਤ ਕਰਵਾਉਂਦੇ ਕਿਹੜੇ ਸ਼ਹਿਰ 'ਚ ਮੈਨੂੰ ਸ਼ਹਿਰ ਦਾ ਵੀ ਨਹੀਂ ਪਤਾ ਪ੍ਰੋਗਰਾਮ ਹੈ ਜੀ ਵੀਜ਼ਾ ਮਿਲ ਗਿਆ ਵੀਜ਼ੇ ਵੂਜ਼ੇ ਦਾ ਵੀ ਚੱਕਰ ਹੁੰਦਾ ਨਾ ਫਿਰ ਵੀਜ਼ਾ ਜੇ ਤੁਹਾਡੇ ਕੋਲ ਬਾਹਰਲਾ ਪਾਸਪੋਰਟ ਆ ਫਿਰ ਤਾਂ ਮਿਲ ਜਾਂਦਾ ਖੁੱਲ੍ਹਾ ਹੋਣਾ ਹਾਂਜੀ ਹਾਂਜੀ ਨਹੀਂ ਤਾਂ ਪਾਬੰਦੀਆਂ ਕਾਫੀ ਰਹਿੰਦੀਆਂ ਹਾਂ ਪਾਬੰਦੀਆਂ ਕਾਫੀ ਉਵੇਂ ਔਖਾ ਹੁੰਦਾ ਜੀ ਹਾਂ ਨਹੀਂ ਉਹ ਮੁਸ਼ਕਿਲ ਹੋ ਜਾਂਦਾ ਚਲੋ ਜੀ ਹੋਪਫੁਲੀ ਸਫ਼ਰ ਤੁਹਾਡਾ ਵਧੀਆ ਠੀਕ ਹੈ ਜੀ ਰਹੇਗਾ ਪਿੰਡ ਦੀ ਵੇਖਣ ਦੀ ਖਾਹਿਸ਼ ਪੂਰੀ ਹੋ ਗਈ ਜੀ ਬਿਲਕੁਲ ਮੇਰੇ ਨਾਲ ਪਹਿਲਾਂ ਰਾਬਤਾ ਕਰ ਲੈਂਦੇ ਮੈਂ ਤਾਂ ਨਾਲ ਲਿਆਉਂਦਾ ਮੈਂ ਰਾਤੀ ਆਇਆ ਨਹੀਂ ਮੈਂ ਮੇਰੇ ਸਿਮ ਨਹੀਂ ਸੀ ਚੱਲ ਰਿਹਾ ਇਸ ਕਰਕੇ ਬਹੁਤ ਮੁਸ਼ਕਿਲ ਹੋ ਰਹੀ ਸੀ ਨਹੀਂ ਤਾਂ ਹੋਟਲ ਲੈਣੀ ਸੀ ਨਹੀਂ ਹੋਟਲ 'ਚ ਸਾਨੂੰ ਮਿਲਿਆ ਇਸ ਤਾਂ ਕਮਰਾ ਹੀ ਨਹੀਂ ਮਿਲਿਆ ਹੋਟਲ ਦੇ ਵਿੱਚ ਬਹੁਤ ਘੁੰਮਿਆ ਅਖੀਰ ਨੂੰ ਗੁਰਦੁਆਰੇ ਦੇ ਵਿੱਚ ਇੱਕ ਜਗ੍ਹਾ 'ਤੇ ਰਹਿਣ ਦੀ ਜਗ੍ਹਾ ਮਿਲ ਗਈ ਜੀ ਸਪੈਸ਼ਲੀ ਵੀਜ਼ਾ ਲੈਣ ਵਾਸਤੇ ਮੈਂ ਇੰਡੀਆ ਆਇਆ ਹੋਇਆ ਸੀ ਉਹ ਅੰਬੈਸੀ ਵਾਲੇ ਕਹਿੰਦੇ ਵੀ ਜੇ ਵੀਜ਼ਾ ਲੈਣਾ ਤਾਂ ਇੱਕ ਵਾਰੀ ਇੱਥੇ ਆਉਣਾ ਪਏਗਾ ਫਿਰ ਅਸੀਂ ਇੱਕ ਹਫ਼ਤੇ ਲਈ ਗਏ ਅਤੇ ਵੀਜ਼ਾ ਲੈ ਕੇ ਆਏ ਸੀ ਦੁਬਾਰਾ ਲੈ ਗਏ ਹਾਂਜੀ ਇੱਕ ਹਫ਼ਤੇ ਲਈ ਸਰ ਵੀਜ਼ਾ ਲੈਣ ਦੀ ਖਾਤਰ ਗਏ ਉਹ ਕਹਿੰਦੇ ਵੀ ਰਿਕੁਆਇਰਮੈਂਟ ਆ ਤੁਹਾਡੀ ਵੀ ਤੁਸੀਂ ਇੱਥੇ ਇੱਕ ਵਾਰੀ ਅੰਬੈਸੀ ਫਿਜ਼ੀਕਲ ਹੋਣੇ ਚਾਹੀਦੇ ਜੀ ਬਿਲਕੁਲ ਇਹਨਾਂ ਦੇ ਚਾਚਾ ਜੀ ਸੀ ਸ਼ਾਇਦ ਉਹਨਾਂ ਦਾ ਅਮੀਰ ਅਲੀ ਉਹਨਾਂ ਨਾਲ ਮੇਰੇ ਫਾਦਰ ਸਾਹਿਬ ਦੀ ਗੱਲਬਾਤ ਹੋਈ ਸੀਗੀ ਤੇ ਮੈਂ ਤਾਂ ਉਹੀ ਸੋਚ ਗਿਆ ਸੀ ਮੈਂ ਉਹਨਾਂ ਨੂੰ ਮਿਲਣ ਜਾ ਰਿਹਾ ਵਾਂ ਇੱਥੇ ਆ ਕੇ ਪਤਾ ਲੱਗਿਆ ਕਿ ਨਹੀਂ ਉਹ ਫੌਤ ਹੋ ਚੁੱਕਾ ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਪਤਾ ਸੀਗਾ ਨਾਲੇ ਉਹ ਵੀ ਛੋਟਾ ਜਿਹਾ ਸੀ 2-2.5 ਸਾਲ ਦੇ ਬੱਚੇ ਨੂੰ ਕੀ ਪਤਾ ਹਾਂ ਫਿਰ ਵੀ ਚਲੋ ਅਸੀਂ ਇਹਨਾਂ ਨੂੰ ਸੀਨਾ ਪਸੀਨਾ ਕੁਛ ਨਾ ਕੁਛ ਸੁਣ ਲੈਂਦਾ ਗੱਲ ਬਹੁਤ ਸੁਣ ਲੈਂਦਾ ਅਸੀਂ ਵੀ ਸਿਆਣਿਆਂ ਦੀਆਂ ਗੱਲਾਂ ਜੀ ਸੁਣੀਆਂ ਸੁਣ ਸੁਣਾ ਕੇ ਇਹਨਾਂ ਨੇ ਬਹੁਤ ਬਹੁਤ ਜ਼ਿਆਦਾ ਪਿਆਰ ਦਿੱਤਾ ਮਤਲਬ ਮੈਂ ਕਿਹਾ ਵੀ ਅਸੀਂ ਤੁਹਾਡੇ ਪੜੋਸੀ ਸੀਗੇ ਅਤੇ ਹੁਣ ਦੂਜੇ ਲੋਟ ਪੜੋਸੀ ਹਾਂ ਇੱਥੇ ਤਾਂ ਮੈਂ ਹੀ ਜਦੋਂ ਜਾਈਦਾ ਨਾ ਤੁਸੀਂ ਵੀਡੀਓ ਵੇਖਦੇ ਹੋਣ ਹਾਂਜੀ ਥੋੜ੍ਹਾ ਜਿਹਾ ਫਰਕ ਪੈਂਦਾ ਨਾ ਉੱਥੋਂ ਦਸਤਾਰ ਬੰਨੀ ਹੁੰਦੀ ਪਿੰਡ ਪਸਾਰਾ ਇਕੱਠਾ ਹੋ ਜਾਂਦਾ ਜਦੋਂ ਪਤਾ ਨਹੀਂ ਕਿ ਇਹਨਾਂ ਲੱਗਾ ਨਾ ਇਸੇ ਤਰ੍ਹਾਂ ਪੱਗ ਬੰਨੀ ਹੁੰਦੀ ਨਾ ਹਾਂ ਵੀ ਕੌਣ ਹੋ ਗਿਆ ਉਹਨਾਂ ਨੇ ਪੱਗ ਬੰਨੀ ਹੁੰਦੀ ਸਾਰਿਆਂ ਨੇ ਇਕੱਠੇ ਹੋ ਜਾਂਦੇ ਹਾਂ ਨਹੀਂ ਮੈਂ ਇਹ ਸੋਚਦਾ ਹੁੰਦਾ ਮੈਂ ਵੇਖੇ ਨੇ ਕਾਫੀ ਵੀਡੀਓ ਇਦਾਂ ਹਾਂ
ਤੋ ਫਿਰ ਦੇਖ ਕੇ ਪਤਾ ਚੱਲ ਜਾਂਦਾ ਨਾ ਹੁਣ ਮੇਰੇ ਵਰਗੇ ਦਾ ਪਤਾ ਨਹੀਂ ਲੱਗਦਾ ਹੈਗਾ ਸਾਡੇ ਬਜ਼ੁਰਗ ਜਿਹੜੇ ਆ ਤੁਹਾਡੇ ਵਾਲੇ ਪੱਗਾਂ ਬੰਨਦੇ ਸੀ ਸਿਆੜੇ ਵਾਲੇ ਹਾਂ ਬੰਨਦੇ ਸੀਗੇ ਬਿਲਕੁਲ ਬੰਨਦੇ ਸੀ ਉਦੋਂ ਪੱਗ ਦਾ ਰਿਵਾਜ ਸੀ ਜੀ ਹੁਣ ਪੱਗ ਦਾ ਰਿਵਾਜ ਨਹੀਂ ਹੈ ਬਿਲਕੁਲ ਬਿਲਕੁਲ ਉਦੋਂ ਤਾਂ ਪੱਗ ਬੰਨੇ ਤੋਂ ਬਿਨਾਂ ਨਹੀਂ ਸੀ ਕਿਤੇ ਲੋਕ ਪੰਚਾਇਤ 'ਚ ਜਾਂ ਪਰੇ 'ਚ ਨਹੀਂ ਸੀ ਜਾਂਦੇ ਹੁੰਦੇ बोतल बोतल दूजी भुलेखा खा जाने बोतल सुन के बोतल कर ਹੁਣ ਘਰ ਉਹ ਵੇਖ ਲਈ ਜਗ੍ਹਾ ਵੇਖ ਲਈ ਸਕੂਲ ਵੇਖ ਲਿਆ ਜੀ ਬਿਲਕੁਲ ਬਾਪੂ ਨੇ ਤੇ ਫੱਟੀਆਂ ਪੋਚਦੇ ਉਹ ਵੇਖ ਲਈ ਹਾਂ ਸੋ ਮਤਲਬ ਉਹੀ ਸਾਰਾ ਜਿਹੜਾ ਸੀਨ ਸੀਗਾ ਨਾ ਉਹ ਅੱਖਾਂ ਅੱਗੋਂ ਘੁੰਮ ਗਿਆ ਕਿ ਵੀ ਇੱਦਾਂ ਇੱਦਾਂ ਕਰਦੇ ਹੋਣਗੇ ਜਿੱਦਾਂ ਬੱਚੇ ਸ਼ਰਾਰਤਾਂ ਕਰਦੇ ਆ ਆਪਣੀ ਛੋਟੀ ਉਮਰ 'ਚ ਬਹੁਤ ਗੱਲਾਂ ਕਰਦੇ ਹੁੰਦੇ ਸੀਗੇ ਇੱਥੇ ਸ਼ਾਰਟ ਜਿਹਾ ਟ੍ਰਿਪ ਸੀ ਤੇ ਸ਼ਾਰਟ ਜਿਹਾ ਵੀਡੀਓ ਆਪਣਾ ਜੀ ਠੀਕ ਹੈ ਜੀ ਲਾਗੇ ਪਿੰਡ ਘਰੋਂ ਨਿਕਲਦਾ ਕੰਮ ਕਰਦੇ ਆ ਠੀਕ ਹੈ ਜੀ ਓਕੇ ਜੀ।